ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁਲਵਾਉਣ 'ਚ ਸਿੱਧੂ ਦਾ ਅਹਿਮ ਯੋਗਦਾਨ ਹੈ ਅਤੇ ਇਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ, ਪਰ ਨਾਲ ਹੀ ਸੁਲਤਾਨਪੁਰ ਲੋਧੀ ਵਿੱਚ ਵੱਖ ਵੱਖ ਸਟੇਜਾਂ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉਹਨਾਂ ਕਿਹਾ ਕਿ ਸਾਰਿਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਸਰਦਾਰ ਢੀਂਡਸਾ ਨੇ ਆਪਣੇ ਅਸਤੀਫੇ ਨੂੰ ਲੈ ਕੇ ਕਿਹਾ ਕਿ ਸਿਆਸਤ ਵਿੱਚ ਥੋੜ੍ਹੇ ਬਹੁਤ ਮਤਭੇਦ ਜ਼ਰੂਰ ਚੱਲਦੇ ਰਹਿੰਦੇ ਨੇ, ਪਰ ਅਕਾਲੀ ਦਲ ਉਹਨਾਂ ਦੀ ਆਪਣੀ ਪਾਰਟੀ ਹੈ। ਉਹਨਾਂ ਨੇ ਪਾਕਿਸਤਾਨ ਵੱਲੋਂ ਲਾਂਘੇ ਲਈ ਲਾਈ ਗਈ ਫੀਸ ਸੰਬੰਧੀ ਨਵਜੋਤ ਸਿੰਘ ਸਿੱਧੂ ਨੂੰ ਗੱਲਬਾਤ ਕਰਨ ਦੀ ਸਲਾਹ ਦਿੱਤੀ। ਮਾਨਵਤਾ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਸ ਢੰਗ ਨਾਲ ਜੋ ਮਨਾ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ। ਸਟੇਜਾਂ ਦਾ ਬੜਾ ਪ੍ਰਚਾਰ ਹੈ ਜੀ, ਸਟੇਜਾਂ ਨੂੰ ਲੈ ਕੇ। ਇਹ ਤਾਂ ਦੁੱਖ ਦੀ ਗੱਲ ਹੈ ਵੀ ਸਟੇਜਾਂ 'ਤੇ ਦੇਖੋ ਜਥੇਦਾਰ ਸਾਹਿਬਾਨਾਂ ਨੇ ਵੀ ਮੈਂ ਸਮਝਦਾ ਪੂਰੀ ਤਰ੍ਹਾਂ ਫੈਸਲਾ ਨਹੀਂ ਕੀਤਾ। ਉਹਨਾਂ ਕਿਹਾ ਸਟੇਜਾਂ ਤਾਂ ਲਾ ਸਕਦੇ ਹੋ ਅਤੇ ਬੋਲਣਾ ਨਹੀਂ, ਉਹ ਤਾਂ ਕਿਸੇ ਨੇ ਬੋਲਣਾ ਕੀ ਹੈ, ਗੁਰੂ ਨਾਨਕ ਸਾਹਿਬ ਦੀ ਲਾਈਫ 'ਤੇ ਬੋਲਣਾ। ਅਤੇ ਉਹ ਦੁੱਖ ਦੀ ਗੱਲ ਹੈ ਕਿ ਜਿਹਨੇ ਇੱਕ ਐਸਾ ਸੰਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਸੰਦੇਸ਼ ਨੂੰ ਵੱਖੋ ਵੱਖਰੇ ਢੰਗ ਨਾਲ ਅਤੇ ਵੱਖੋ ਵੱਖਰੇ ਤਰੀਕੇ ਨਾਲ ਮਨਾਇਆ ਜਾ ਰਿਹਾ ਅਤੇ ਸਾਰੀ ਸੰਗਤ ਨੂੰ ਇਕੱਠੇ ਹੋ ਕੇ ਮਨਾਉਣਾ ਚਾਹੀਦਾ। ਇਹ ਤਾਂ ਕੁਦਰਤੀ ਹੈ ਕਿ ਜੇ ਕੋਈ ਮੰਨਣਾ ਨਹੀਂ ਅਤੇ ਉਹਨਾਂ ਦੇ ਸੰਦੇਸ਼ ਦੇ ਮੁਤਾਬਕ ਨਹੀਂ ਚੱਲਣਾ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ। ਨਹੀਂ ਚਲੋ, ਸਿੱਧੂ ਨੂੰ ਵੀ ਕ੍ਰੈਡਿਟ ਤਾਂ ਜਾਂਦਾ ਹੀ ਹੈ। ਦੇਖੋ ਜਿੰਨਾ ਕਿਸੇ ਦਾ ਰੋਲ ਹੈ ਉਹਨੂੰ ਉਹਦੇ 'ਚ ਹੋਣਾ ਚਾਹੀਦਾ। ਸਰਕਾਰਾਂ ਦਾ ਵੀ ਰੋਲ ਹੈ, ਪਾਕਿਸਤਾਨ ਸਰਕਾਰ ਨੇ ਵੀ, ਹਿੰਦੁਸਤਾਨ ਦੀ ਸਰਕਾਰ ਨੇ ਵੀ ਬਹੁਤ ਅੱਛਾ ਕੰਮ ਕੀਤਾ, ਲੇਕਿਨ ਸਿੱਧੂ ਦਾ ਆਪਣਾ ਰੋਲ ਹੈ, ਉਹਦਾ ਪੋਜ਼ਿਟਿਵ ਰੋਲ ਹੈ, ਉਹਦੇ 'ਚ ਕੋਈ ਉਹ ਮਾੜੀ ਗੱਲ ਨਹੀਂ ਹੈ। ਨਹੀਂ, ਇਕੱਲਾ ਸਿੱਧੂ ਨੂੰ ਰੋਲ ਕ੍ਰੈਡਿਟ ਦੇਣਾ ਤਾਂ ਨਹੀਂ ਹੈ, ਪਰ ਸਿੱਧੂ ਦਾ ਪੋਜ਼ਿਟਿਵ ਰੋਲ ਸੀ, ਚੰਗੀ ਗੱਲ ਹੈ ਉਹਨਾਂ ਨੇ ਕੀਤੀ ਹੈ।